ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ। ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਗੈਰ ਰਾਜਨੀਤਿਕ ਵੱਲੋਂ ਅੱਜ ਤਕਰੀਬਨ 2 ਘੰਟਿਆਂ ਦਾ ਜਿਹੜਾ ਰੇਲਾ ਰੋਕਣ ਦਾ ਐਲਾਨ ਕੀਤਾ ਗਿਆ ਸੀਗਾ, ਇਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਜਿਹੜਾ ਰੇਲਾਂ ਰੋਕੀਆਂ ਗਈਆਂ ਗਾ। ਅਤੇ ਬਠਿੰਡਾ ਵਿੱਚ ਵੀ ਜੇ ਦੇਖਿਆ ਜਾਵੇ ਤਾਂ 7 ਜਗ੍ਹਾ 'ਤੇ ਜਿਹੜੀਆਂ ਰੇਲਾਂ ਰੋਕੀਆਂ ਗਈਆਂ ਹਨ। ਇਸੇ ਤਰ੍ਹਾਂ ਬਠਿੰਡਾ ਦੇ ਮੰਡੀ ਗੋਨਿਆਣਾ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਹ ਰੇਲਾਂ ਰੋਕਣ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਸੀਗਾ ਅਤੇ ਇੱਥੇ ਧਰਨੇ ਲਾਏ ਗਏ ਗਏ। ਤੁਹਾਨੂੰ ਦਿਖਾ ਦਈਏ ਕਿ ਗੋਨਿਆਣਾ ਮੰਡੀ ਦਾ ਰੇਲਵੇ ਸਟੇਸ਼ਨ ਹੈ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇੱਥੇ ਜਾਮ ਲਾ ਕੇ ਜਿਹੜਾ 2 ਘੰਟੇ ਜਿਹੜੀਆਂ ਰੇਲਾਂ ਰੋਕਣੀਆਂ ਸੀਗੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈਗਾ। ਅਤੇ ਇਸ ਲਈ ਸਾਡੇ ਨਾਲ ਆਗੂ ਵੀ ਜੁੜਿਆ, ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕੀ ਨਾਮ ਹੈ ਤੁਹਾਡਾ? ਮੈਂ ਰਣਜੀਤ ਸਿੰਘ, ਬੀਕੇ ਜੀ ਸਿੱਧੂਪੁਰ ਜ਼ਿਲ੍ਹਾ ਪ੍ਰੈਸ ਕਲੱਬ। ਅੱਜ ਜਿਹੜਾ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ, ਕਾਰਨ ਕੀ ਸੀਗਾ? ਕਿਸ ਜਿਹੜਾ ਅੱਜ ਦਾ ਰੇਲਾਂ ਦਾ ਐਲਾਨ ਕੀਤਾ ਹੈ, ਇਹ ਸਾਡੇ ਸਾਂਝੇ ਫੋਰਮ ਵੱਲੋਂ ਕੀਤਾ ਗਿਆ, ਜੋ ਕਿ ਅਜੇ ਮਿਸ਼ਰਾ ਟੈਣੀ ਨੇ ਉੱਥੇ ਸਾਡੇ ਕਿਸਾਨਾਂ ਤੇ ਲਖਵੀਰਪੁਰ ਖੀਰੀ ਦੇ ਵਿੱਚ ਗੱਡੀ ਚੜਾਈ ਗਈ ਸੀ। ਸਾਡਾ ਵੀਰ ਇੱਕ ਯੋਧਾ ਪੱਤਰਕਾਰ ਵੀ ਉਹਨਾਂ ਦੇ ਨਾਲ ਸੀ, ਜੋ ਕਿ ਉਹਨਾਂ ਨੇ ਸਾਡੇ ਕਿਸਾਨ ਵੀਰਾਂ ਤੇ ਪੱਤਰਕਾਰਾਂ ਤੇ ਗੱਡੀ ਚੜਾ ਕੇ ਉਹਨਾਂ ਨੂੰ ਬਹੁਤ ਭੈੜੀ ਮੌਤ ਮਾਰਿਆ ਗਿਆ ਸੀ। ਅਸੀਂ ਉਹਨਾਂ ਦੇ ਇਨਸਾਫ ਲਈ, ਉਹ ਵੀ 3 ਅਕਤੂਬਰ ਨੂੰ ਹੋਇਆ ਸੀ ਤੇ ਅੱਜ ਵੀ ਅਸੀਂ 3 ਅਕਤੂਬਰ ਨੂੰ ਜਿਹੜਾ ਰੇਲਾਂ ਜਾਂ ਫੇਰ ਕਰ ਰਹੇ ਹਾਂ, ਜੋ ਕਿ ਉਹਨਾਂ ਨੂੰ ਇਨਸਾਫ ਮਿਲੇ। ਉਹ ਅਜੇ ਵੀ ਟਿਕਟਾਂ ਦਾ ਐਲਾਨ ਕਰੀ ਜਾਂਦੇ ਕਿ ਅਸੀਂ ਉੱਥੋਂ ਖੜੇ ਹੋਣਾ, ਅਸੀਂ ਉੱਥੋਂ ਖੜੇ ਹੋਣਾ, ਪਰ ਅਸੀਂ ਸਾਂਝੇ ਫੋਰਮ ਵੱਲੋਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਬਣਦੀ ਕਾਰਵਾਈ ਹੋਵੇ ਉਹਨਾਂ ਤੇ, ਤਾਂ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਜਾਵੇ, ਬਣਦੇ ਪਰਚੇ ਪਾਏ ਜਾਣ ਉੱਤੇ, ਫਿਰ ਸਾਡੀਆਂ ਜਥੇਬੰਦੀਆਂ ਸੁੱਖ ਦਾ ਸਾਹ ਲੈਣੀਆਂ। ਜੇ ਉਹ ਬਦਲਾ ਅਸੀਂ ਲਵਾਂਗੇ ਤਾਂ ਸਰਕਾਰਾਂ ਨੂੰ ਕਹਿ ਰਹੇ ਹਾਂ, ਬੇਨਤੀ ਕਰਦੇ। ਅੱਗੇ ਹੁੰਦਾ ਸੀਗਾ ਜੇ ਕਿਸੇ ਲੀਡਰ ਤੇ ਆਗੂ ਤੇ ਕੋਈ ਦੋਸ਼ ਲੱਗ ਜਾਂਦੇ ਸੀ, ਉਹ ਤੁਰੰਤ ਰਜਾਇਣ ਦਿੰਦਾ ਸੀ ਜਾਂ ਸਰਕਾਰ ਰਜਾਇਣ ਲੈਂਦੀ ਸੀ ਤੇ ਉਹਦੇ ਕਾਰਵਾਈ ਹੁੰਦੀ ਸੀ, ਪਰ ਇਹ ਤਾਂ ਅਹੁਦੇ ਦੇ ਦੇ ਕੇ ਸਨਮਾਨਿਤ ਕਰੀ ਜਾਂਦੇ ਸਮਾਜ। ਵੇਖੋ, ਇਹਨਾਂ 'ਚ ਇਹੀ ਸਰਕਾਰਾਂ ਦਾ ਜਿਹੜਾ ਫਰਕ ਹੈ ਕਿ ਸਾਡਾ ਕਿਸਾਨ ਵੀਰ ਹੈ, ਸਾਡਾ ਪੱਤਰਕਾਰ ਵੀਰ ਹੈ ਜਾਂ ਸਾਡਾ ਆਮ ਜਨਤਾ, ਕੋਈ ਇਹਨਾਂ 'ਤੇ ਇੱਕ ਵੀ ਪਰਚਾ ਹੋ ਜੇ ਤਾਂ ਇਹ ਵੋਟਾਂ 'ਚ ਖੜਾ ਨਹੀਂ ਹੋ ਸਕਦਾ, ਕਿਸੇ ਵੀ ਚੀਜ਼ 'ਚ ਭਾਗ ਨਹੀਂ ਲੈ ਸਕਦਾ। ਪਰ ਜਿਹੜੇ ਇਹਨਾਂ ਦੇ MLA ਹੈ, ਮੰਤਰੀ ਹੈ, ਇਹਨਾਂ 'ਤੇ ਕਿੰਨੇ ਵੀ ਪਰਚੇ ਹੋ ਜਾਣ, ਇਹ ਜੇਲ੍ਹਾਂ 'ਚ ਉੱਠ ਉੱਠ ਕੇ ਵੀ ਜਿਹੜੇ ਕਿ ਵੋਟਾਂ ਦੇ ਕਾਗਜ਼ ਭਰੇ ਜਾਂਦੇ ਇਹਨਾਂ ਦੇ, ਇਹਨਾਂ ਨੂੰ MLA ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ। ਸੋ ਇਹ ਇਹਨਾਂ ਦੇ ਪਤਾ ਨਹੀਂ ਕਿੱਧਰੋਂ ਕਾਨੂੰਨ ਲਿਆਉਂਦੇ ਆ, ਇਹ ਕਾਨੂੰਨ ਬੰਦ ਹੋਣੇ ਚਾਹੀਦੇ ਆ, ਜਿਹੜੇ ਕਿ ਇਹੋ ਜਿਹੇ ਭ੍ਰਿਸ਼ਟਾਚਾਰ MLA ਨੂੰ ਟਿਕਟਾਂ ਦੇਣੀਆਂ, ਇਹ ਬੰਦ ਕੀਤੀਆਂ ਜਾਣ। ਹੁਣ ਜਿਵੇਂ ਕਿਸਾਨ ਪਹਿਲਾਂ ਕਰਜ਼ੇ ਦੀ ਮਾਰ ਥੱਲੇ ਹੈਗਾ ਤੇ ਉਲਟਾ ਜਿਹੜਾ DAP ਦੀ ਕਮੀ ਪਾਈ ਜਾ ਰਹੀ ਹੈ ਜਾਂ ਜਾਲੀ ਆ ਰਹੀ ਹੈ, ਨਕਲੀ ਆ ਰਹੀ ਹੈਗੀ, ਤੇ ਜੇ DAP ਦੇ ਨਾਲ ਜਿਹੜੀ ਨੈਣੋ ਖਾਦ ਹੈ ਉਹ ਵੀ ਧੱਕੇ ਨਾਲ ਦਿੱਤੀ ਜਾ ਰਹੀ ਹੈ। ਵੇਖੋ, ਇਹਦੇ 'ਚ ਵੀ ਅਸੀਂ ਵਿਚਾਰ ਕੀਤੀ ਹੈ, ਪਰਸੋਂ DC ਸਾਹਿਬ ਨਾਲ ਬੇਨਤੀ ਕਰੀ ਸੀ ਸਾਰੇ ਕੰਮਾਂ ਬਾਰੇ, ਪਰ DC ਸਾਹਿਬ ਕਹਿ ਰਹੇ ਹੋ ਕਿ ਤੁਹਾਨੂੰ DAP ਆਮ ਕਰਾਂਗੇ, ਪਰ ਅਸੀਂ ਉਹਨੂੰ ਕਿਹਾ ਵੀ ਜੇ DAP ਆਮ ਤਾਂ ਕਰ ਦੇਗਾ, ਪਰ ਜਿਹੜਾ ਨਾਲ ਸਮਾਨ ਦੇ ਰਹੇ ਹੈ ਉਹਦੇ ਬਾਰੇ ਕੀ ਕਰੋਗੇ? ਪਰ DC ਸਾਹਿਬ ਨੇ ਸਾਨੂੰ ਇਹ ਕਿਹਾ, ਅਸੀਂ ਕਿਸਾਨਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਕਿਤੇ ਵੀ ਕੋਈ ਕਿਸਾਨ ਨੂੰ ਕੋਈ DAP ਦੇ ਨਾਲ ਕੋਈ ਮਿਲਾਵਟਖੋਰ ਚੀਜ਼ ਦੇ ਰਹੇ ਹੈ ਜਾਂ ਨੈਣੋ ਦੇ ਰਹੇ ਹੈ ਜਾਂ ਹੋਰ ਵੀ ਚੀਜ਼ ਦੇ ਰਿਹਾ, ਉਹ ਸਾਡੇ ਨਾਲ ਸੰਪਰਕ ਕਰੇ, ਤਾਂ ਅਸੀਂ DC ਸਾਹਿਬ ਨੂੰ ਉਹਨਾਂ ਦੀ ਅਰਜ਼ੀ ਦੇਵਾਂਗੇ, ਤਾਂ ਭ੍ਰਿਸ਼ਟਾਚਾਰ ਦਾ ਮਾਮਲਾ ਜਿਹੜਾ ਉਹਨਾਂ 'ਤੇ ਦਰਜ ਕੀਤਾ ਜਾਵੇ। ਉਂਝ ਪੰਜਾਬ ਸਰਕਾਰ ਵੀ ਕਹਿੰਦੀ ਸੀ ਅਸੀਂ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ,
ਤੇ ਹੁਣ ਜੇ ਦੇਖਿਆ ਜਾਵੇ ਆੜਤੀਆਂ ਨੇ ਹੜਤਾਲ ਕਰਤੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਕਮਿਸ਼ਨ ਹੈਗਾ ਉਹ ਨਹੀਂ ਵਧਾਇਆ ਗਿਆ ਗਾ। ਉਧਰ ਸ਼ੈਲਰ ਮਾਲਕ ਸੀ ਜਿਹੜੇ ਉਹਨਾਂ ਨੇ ਵੀ ਜਿਹੜਾ ਝੋਨਾ ਲਵਾਉਣ ਤੋਂ ਮਨਾ ਕਰਤਾ ਗਾ, ਤੇ ਉਧਰ ਜਿਹੜੇ ਪਲੇਦਾਰ ਸੀ ਉਹਨਾਂ ਨੇ ਵੀ ਹੜਤਾਲ ਕੀਤੀ ਗਈ ਆ, ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਤੇ ਉੱਤੋਂ ਜਿਹੜੀ ਝੋਨੇ ਦੀ ਕਟਾਈ ਆ ਗਈ, ਫਸਲ ਉਗਾਉਣ ਵਾਲੀ ਆ ਤੇ ਕਿਸਾਨ ਪਰੇਸ਼ਾਨ ਹੋਣਗੇ। ਪਹਿਲੀ ਤਾਂ ਗੱਲ ਹੈ ਜਿਹੜੇ ਮਜ਼ਦੂਰ ਵੀਰ ਆ ਇਹ ਵੀ ਸਾਡੇ ਭਰਾ, ਉਸ ਤੋਂ ਬਾਅਦ ਜਿਹੜਾ ਸਾਡੇ ਆੜ੍ਹਤੀ ਵਰਗ ਹੈ ਉਹ ਵੀ ਸਾਡੇ ਨੌ ਮਾਸ ਦਾ ਰਿਸ਼ਤਾ ਹੈ। ਚਲੋ ਸੈਲਰ ਮਾਲਕ ਆ ਜਿਹੜੇ ਉਹਨਾਂ ਦਾ ਵੀ ਜੋ ਬਣਦੀ ਕਾਰਵਾਈ ਆ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਸੀਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹ ਫਸਲ ਆਉਣ ਤੋਂ ਪਹਿਲਾਂ ਨਜਿੱਠਣੀਆਂ ਚਾਹੀਦੀਆਂ। ਜੋ ਕੋਈ ਮਜ਼ਦੂਰਾਂ ਦੀ ਬਣਦੀ ਕਾਰਵਾਈ ਹੈ ਉਹਨਾਂ ਦਾ ਕੋਈ ਲੈਣਾ ਦੇਣਾ, ਕੋਈ ਸਿਲਾਈ ਦਾ, ਕੋਈ ਚਕਾਈ ਦਾ, ਕੋਈ ਭਰਾਈ ਦਾ, ਉਹ ਪਹਿਲਾਂ ਉਹਨਾਂ ਨਾਲ ਨਿਬੇੜਨਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਆੜ੍ਹਤੀਆਂ ਦਾ ਉਹਨਾਂ ਦਾ ਵੀ ਜਿਹੜਾ ਕੋਈ ਮਸਲਾ ਹੈ ਉਹ ਵੀ ਉਹਨਾਂ ਨੂੰ ਬਹਿ ਕੇ ਨਿਬੇੜਨਾ ਚਾਹੀਦਾ। ਚਾਹੇ ਕਿਸਾਨ ਨੂੰ ਹਰਜਾ ਲਾਉਂਦੇ ਆ ਇਹ ਕਿਸੇ ਪਾਸੇ ਵੀ ਆ ਜੇ ਗੱਲ, ਚਾਹੇ ਛੁਰੀ ਖਰਬੂਜੇ ਤੇ ਡਿੱਗ ਪਏ, ਚਾਹੇ ਖਰਬੂਜਾ ਛੁਰੀ ਤੇ ਡਿੱਗ ਪਏ, ਵੱਢਿਆ ਕਿਸਾਨ ਨਹੀਂ ਜਾਣਾ, ਉਹ ਗੱਲ ਹੈ। ਕਿਉਂ ਜਾਣਾ ਤਾਂ ਸਾਡੇ 'ਚ ਹੀ ਹੈ, ਪਰ ਅਸੀਂ ਕਹਿੰਦੇ ਹਾਂ ਕਿ ਸਾਡੀ ਫਸਲ ਆਉਣ ਤੋਂ ਪਹਿਲਾਂ ਇਹ ਕੰਮ ਮੁਕੰਮਲ ਕੀਤੇ ਜਾਣ। ਜੇ ਕੋਈ 4 ਪੈਸਿਆਂ ਦਾ ਹਰਜਾ ਲੱਗਦਾ ਉਹ ਸਾਨੂੰ ਲਾਉਣਾ ਇਹਨਾਂ ਨੇ, ਪਰ ਉਹ ਲਾ ਕੇ ਤੇ ਸਾਡੇ ਕੰਮ ਮੁਕੰਮਲ ਕਰਕੇ ਫਸਲ ਆਉਣ ਤੋਂ ਪਹਿਲਾਂ ਤਿਆਰੀ ਤਾਂ ਕੀਤੀ ਜਾਵੇ। ਪਰ ਇਹ ਨਾ ਤਿਆਰੀ ਕਰਦੇ ਹੈ, ਨਾ ਇਹ ਕਿਸੇ ਗੱਲ ਨੂੰ ਸਿਰੇ ਲਾਉਂਦੇ ਹੈ। ਸੈਰਲ ਮਾਲਕਾਂ ਨੇ ਹੜਤਾਲ ਕਰਤੀ, ਆੜ੍ਹਤੀਆਂ ਨੇ ਕਰਤੀ, ਤਾਂ ਮਜ਼ਦੂਰਾਂ ਨੇ ਕਰਤੀ। ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹਨਾਂ ਨਾਲ ਛੇਤੀ ਨਿਬੇੜ ਕੇ ਤਾਂ ਸਾਡੀਆਂ ਫਸਲਾਂ ਦਾ ਜਿਹੜਾ ਭੁਗਤਾਨ ਕੀਤਾ ਜਾਵੇ। ਹੁਣ ਜਿਵੇਂ 1 ਤਰੀਕ ਤੋਂ ਝੋਨੇ ਦੀ ਖਰੀਦ ਜਿਹੜੀ ਸ਼ੁਰੂ ਹੋ ਗਈ ਸੀਗੀ, ਅੱਜ 3 ਤਰੀਕ ਹੋ ਗਈ ਆ, ਪਰ ਅੱਜ ਤੱਕ ਵੀ ਜਿਹੜੀ ਹੜਤਾਲ ਜਾਰੀ ਆ। ਆਪਣੇ ਤਾਂ ਚਲੋ ਬਠਿੰਡੇ ਜ਼ਿਲ੍ਹੇ 'ਚ ਹਜੇ ਝੋਨਾ ਨਹੀਂ ਆਇਆ, ਹੋਰ ਕਈ ਮੰਡੀਆਂ 'ਚ ਆ ਗਿਆ ਤੇ ਉਹ ਪਰੇਸ਼ਾਨ ਹੋ ਰਹੇ ਕਿਸਾਨ। ਅਸੀਂ ਵੀ ਇਸ ਗੱਲ ਨੂੰ ਬੁਰਾ ਮਹਿਸੂਸ ਕਰਦੇ ਹਾਂ। ਸਾਡੀਆਂ ਮੰਡੀਆਂ 'ਚ ਵੀ ਅੱਜ ਝੋਨਾ ਆ ਗਿਆ, ਕਈਆਂ 'ਚ ਸਵੇਰੇ ਆਜੂ, ਪਰ ਇਹ ਸਰਕਾਰ ਨੂੰ ਚਾਹੀਦਾ ਜਿਵੇਂ ਜਿਵੇਂ ਇਹ ਗੱਲਾਂ ਦੀ ਤੁਲਨਾ ਕਰਦੇ ਆ ਇਹ ਸਾਨੂੰ ਮਹਿਸੂਸ ਹੁੰਦਾ ਇੱਥੇ ਕਿ ਸਾਥੋਂ ਜਿਹੜੀ ਜ਼ਮੀਨ ਹੈ ਇਹਦੇ ਖੋਣ ਹੈ, ਖੁਣੀ ਹੈ, ਅੱਜ ਨਹੀਂ ਤਾਂ ਕੱਲ੍ਹ ਨੂੰ। ਕਿਉਂਕਿ ਕਿਸਾਨਾਂ 'ਤੇ ਬੁਰੇ ਪ੍ਰਭਾਵ ਪਾ ਕੇ ਖੇਤੀ ਨੂੰ ਫੇਲ ਕਰਕੇ ਇਹ ਸਾਥੋਂ ਜ਼ਮੀਨਾਂ ਹੜੱਪਣੀਆਂ ਚਾਹੁੰਦੇ ਆ, ਇਸੇ ਕਰਕੇ ਇਹ ਤਾਣਾ ਬਾਣਾ ਜਿਹੜਾ ਬੁਣੀ ਜਾਂਦੇ ਆ। ਅਸੀਂ ਕਹਿੰਦੇ ਹਾਂ ਵੀ ਖੇਤੀ ਪ੍ਰਬੰਧ ਕਰੋ, ਪਰ ਇਹ ਨਹੀਂ ਕਰੇ, ਕਿਉਂਕਿ ਕਿਸਾਨ ਜਿਹੜਾ ਖੇਤੀ ਤੋਂ ਭੱਜੇ ਤਾਂ ਅਸੀਂ ਇਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਇਹਨਾਂ ਦੀ ਆਹ ਮੰਸ਼ਾ। ਇੱਕ ਕਿੱਤਾ ਕਿਹਾ ਜਾ ਰਿਹਾ ਸੀਗਾ ਵੀ ਜਿਹੜੀ ਨਵੀਂ ਖੇਤੀ ਨੀਤੀ ਹੈ ਉਹ ਪੰਜਾਬ ਸਰਕਾਰ ਲਾਗੂ ਕਰੇ, ਉਹਦਾ ਖਰੜਾ ਤੁਸੀਂ ਦੇਖਿਆ ਗਾ ਵੀ ਉਹ ਕਿਸ ਤਰ੍ਹਾਂ ਦਾ ਖਰੜਾ ਕਰ। ਨਹੀਂ ਉਹ ਖਰੜਾ ਇਹਨਾਂ ਨੇ ਬਿਆਨ ਤਾਂ ਦਿੱਤੇ ਹੈ, ਪਰ ਅਸੀਂ ਉਹ ਅਜੇ ਉਹ ਤੋਂ ਪੂਰੇ ਜਾਣੂ ਨਹੀਂ। ਪਰ ਨਵੀਂ ਖੇਤੀ ਅਸੀਂ ਆਪ ਹੀ ਬਣਾ ਕੇ ਰਾਜੀ ਹੈ, ਸਾਨੂੰ ਪਤਾ ਨਵੀਂ ਖੇਤੀ ਦਾ, ਸਾਨੂੰ ਪਤਾ ਕੀ ਬੀਜਣਾ, ਪਰ ਇਹ ਝੋਨੇ ਵੱਲ ਸਾਨੂੰ ਤੋਰਿਆ ਗਿਆ, ਅਸੀਂ ਆਪ ਨਹੀਂ ਗਏ, ਅਸੀਂ ਤਾਂ ਝੋਨਾ ਜਾਣਦੇ ਨਹੀਂ ਸੀ, ਸਾਡਾ ਤਾਂ ਖਾਈਆ ਹੀ ਨਹੀਂ ਇਹ। ਇਹ ਤਾਂ ਬਿਹਾਰ 'ਚ ਇਹ ਚੌਲਾ ਜਿਹੜਾ ਇਹਨੂੰ ਖਾਂਦੇ ਆ, ਅਸੀਂ ਤਾਂ ਖਾਂਦੇ ਨਹੀਂ। ਅਸੀਂ ਸਾਨੂੰ ਮੂੰਗੀ, ਬਾਜਰਾ, ਦਾਲਾਂ, ਨਰਮ ਹੈ ਸਾਡੀ ਖੇਤੀ, ਅਸੀਂ ਇਹੋ ਜਿਹੀਆਂ ਫਸਲਾਂ ਬੀਜ ਕੇ ਰਾਜੀਆਂ। ਜੇ ਸਾਨੂੰ ਸਵਾਮੀਨਾਥਨ ਦੀ ਰਿਪੋਰਟ ਨਾਲ ਭਾਅ ਮਿਲੇ ਅਸੀਂ ਇਸ ਪਾਸੇ ਜਾਂਦੇ ਨਹੀਂ, ਸਾਨੂੰ ਲਾਗਤ ਖਰਚੇ ਨਾ ਸਵਾਮੀਨਾਥਨ ਦੀ ਰਿਪੋਰਟ ਨਾਲ ਭਾਅ ਮਿਲਣ ਤਾਂ ਅਸੀਂ ਝੋਨੇ ਵਾਲੇ ਪਾਸੇ ਨਹੀਂ ਜਾਂਦੇ, ਤਾਂ ਹੋਰ ਕਿਸੇ ਫਸਲ ਵੱਲ ਜਾਂਦੇ ਨਹੀਂ ਅਸੀਂ ਜੇ ਸਾਨੂੰ ਇਹ ਭਾਅ ਦੇਣ ਤਾਂ। ਸਾਡੇ ਨਾਲ ਹੋਰ ਕਿਸਾਨਾਂ ਕੋਲ ਵੀ ਜੁੜਿਆ, ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ? ਕੁਲਵੰਤ ਸਿੰਘ ਨਈਆ ਵਾਲਾ, ਬਲਾਕ ਪ੍ਰਧਾਨ ਗੋਨੇ ਵਾਲਾ, DKU 81 ਸਿੱਧੂਪੁਰ। ਕੀ ਕਹਿਣਾ ਚਾਹੋਗੇ ਜਿਵੇਂ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਾਏ ਜਾ ਰਹੇ, ਕੀ ਕਾਰਨ ਹੈ? ਕਾਰਨ ਜੀ, ਇੱਕ ਤਾਂ ਇਹ ਚਲੋ 3 ਅਕਤੂਬਰ ਨੂੰ ਆਪਣਾ ਯੂਪੀ ਦੇ ਵਿੱਚ ਲਖਵੀਰਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਭਾਈ ਤੇ ਉੱਥੇ ਮਿਸਰਾ ਟੈਣੀ ਦੇ ਲੜਕੇ ਨੇ ਗੱਡੀ ਚੜਾ ਕੇ ਸ਼ਹੀਦ ਕਰਤਾ ਸੀ, ਉਹਨਾਂ ਦਾ ਹਜੇ ਤੀ ਕੋਈ ਇਨਸਾਫ਼ ਨਹੀਂ ਮਿਲਿਆ। ਉਸੇ ਦਿਨ ਤੇ ਅੱਜ ਅਸੀਂ ਸਰਕਾਰ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ, ਰੇਲਾ ਰੋਕ ਕੇ ਵੀ ਭਾਈ ਉਹਨਾਂ ਨੂੰ ਸਾਫ਼ ਦਿਓ, ਕੋਈ ਉਹਨਾਂ ਦੇ ਜੇਲ੍ਹ ਭੇਜੋ, ਉਹਨਾਂ ਦੇ ਕੁਛ, ਉਹ ਉਹਨਾਂ ਨੂੰ ਟਿਕਟਾਂ ਦੇ ਕੇ ਨਿਵਾਜ ਰਹੇ ਆ, ਉਹ ਸਾਡਾ ਰੋਸ ਦਿਖਾ ਰਹੇ ਹਾਂ ਅਸੀਂ ਸੈਂਟਰ ਸਰਕਾਰ ਨੂੰ ਵੀ ਸਾਡਾ ਇਹਦਾ ਮਸਲਾ ਹੱਲ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਸੀਗਾ ਵੀ ਅਸੀਂ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ,
ਪਰ ਜਿਹੜੀਆਂ ਹੜਤਾਲਾਂ ਹੋ ਰਹੀਆਂ ਉਧਰੋਂ ਝੋਨੇ ਦੀ ਫਸਲ ਮੰਡੀਆਂ 'ਚ ਆ ਗਈ ਹੈ ਅਤੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪੰਜਾਬ ਸਰਕਾਰ ਨੇ ਤਾਂ ਪਿਛਲੀਆਂ ਸਰਕਾਰਾਂ ਨੂੰ ਚੰਗੀਆਂ ਘਾਤਾ, ਇਹ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਚੰਗੀਆਂ ਘਾਤਾ। ਬਹੁਤ ਬੁਰਾ ਹਾਲ ਆ, ਕੋਈ ਚੀਜ਼ ਸਹੀ ਟਾਈਮ 'ਤੇ ਨਹੀਂ ਮਿਲ ਰਹੀ, ਨਾ ਤਾਂ ਕਿਸਾਨ ਨੂੰ ਮਿਲੀ ਨਾ ਹੋਰ ਰਿਹਾ। ਹੁਣ ਮੰਡੀਆਂ ਦੀ ਸਫਾਈ ਨਹੀਂ ਹੋਈ ਹਜੇ, ਸਾਡੀ ਮੰਡੀ 'ਚ ਕੱਲ੍ਹ ਦਾ ਝੋਨਾ ਆਇਆ ਪਿਆ, ਕੋਈ ਲਾਈਟ ਨਹੀਂ, ਪ੍ਰਬੰਧ ਕੋਈ ਪ੍ਰਬੰਧ ਨਹੀਂ, ਕੋਈ ਪ੍ਰਬੰਧ ਨਹੀਂ, ਕੋਈ ਨਹੀਂ। ਹੋਰ ਇਹ ਜਿਹੜੇ MLA ਆ, ਸਾਡੇ MLA ਤਾਂ ਲੈ ਲਓ ਇੱਥੇ ਜੀ, ਪਹਿਲਾਂ ਤਾਂ ਉਹਨੇ ਕਿਹਾ ਉਦੋਂ ਬੋਲਿਆ ਸਾਡੇ ਖਿਲਾਫ਼ ਸੀ, ਕਿਸਾਨਾਂ ਨੇ ਦੇਸ਼ ਦਾ ਬੁਰਾ ਹਾਲ ਕਰਤਾ। ਹੁਣ ਸਾਡੇ ਮੇਰੀ ਜ਼ਿੰਦਗੀ ਦੇ ਵਿੱਚ ਸਾਡੇ SHO ਇੱਕ ਵਧੀਆ ਆਇਆ ਸੀਗਾ ਜਗਦੇਵ ਸਿੰਘ, ਉਹਨੇ ਬਦਲੀ ਕਰਾਤੀ, ਕਹਿੰਦਾ ਅਕਾਲੀਆਂ ਦੇ ਛਿੱਤਰ ਮਾਰ ਕੇ ਉਹਦੇ ਪਰਚੇ ਪਾਓ, ਇਹ ਕੋਈ ਸਰਕਾਰ ਆ ਜੀ ਜਿਹੜੀ ਐਂ ਕਹਿੰਦੀ ਆ, ਕਹਿੰਦਾ ਨਹੀਂ ਉਹਨਾਂ ਦੇ ਪਰਚੇ ਪਾ, ਨਹੀਂ ਜਾ ਇੱਥੋਂ। ਇਦੂ ਤਾਂ ਫਿਰ ਉਹ ਨਾ ਠਾਣਾ ਹੀ ਆਪ ਸਾਂਭ ਲੈਣ, ਉਹ ਲੋੜ ਹੀ ਨਹੀਂ MLA ਆ ਕੇ ਠਾਣੇ ਸਾਂਭ ਲੈਣ। ਅਸੀਂ ਜਿਹੜਾ ਚੰਗੇ ਬੰਦੇ ਨੂੰ ਕਹਿੰਦੇ ਅਸੀਂ ਲਓ, ਉਹ ਲਾਉਣ ਨਹੀਂ ਦਿੰਦੇ ਕੰਮ, ਤਾਂ ਹੀ ਉਹ ਹੋ ਨਹੀਂ ਰਹੇ ਕੋਈ ਜੀ। ਉਹ ਇੰਨਾ ਵਧੀਆ ਬੰਦਾ ਮਹੀਨੇ ਸਾਡੇ ਕੰਮ ਆਇਆ, ਅਸੀਂ ਠਾਣੇ ਜਾ ਕੇ ਨਹੀਂ ਦੇਖਿਆ ਜੀ ਕਿਤੇ, ਇੰਨਾ ਵਧੀਆ ਕੰਮ। ਹੁਣ ਜਿਵੇਂ ਕਹਿ ਰਹੇ ਕਿ ਵੀ ਜਿਹੜਾ ਪਾਣੀ ਹੈਗਾ ਉਹਦਾ ਪੱਧਰ ਨੀਵਾਂ ਜਾ ਰਿਹਾ, ਕਿਸਾਨ ਝੋਨਾ ਨਾ ਲਾਉਣ, ਪਰ ਜਿਹੜੀਆਂ ਦੂਸਰੀਆਂ ਫਸਲਾਂ ਜਿਵੇਂ ਮੂੰਗੀ ਹੈਗੀ, ਬਾਜਰਾ ਜਾਂ ਹੋਰ ਫਸਲਾਂ ਸੀ, ਉਹਨਾਂ 'ਤੇ MSP ਨਹੀਂ ਮਿਲਦੀ, ਅਤੇ ਉਹਨਾਂ 'ਤੇ ਨਾ ਹੀ ਉਹਨਾਂ ਦੀ ਖਰੀਦ ਉਸ ਤਰ੍ਹਾਂ ਹੋ ਰਹੀ ਹੈਗੀ। ਸਰਕਾਰਾਂ ਤਾਂ ਕਹਿੰਦੀਆਂ ਜੀ ਅਸੀਂ MSP ਦੀ ਮੂੰਗੀ 'ਤੇ ਕਿਹਾ ਸੀ ਭਗਵੰਤ ਮਾਨ ਨੇ ਵੀ ਦੇਵਾਂਗੇ, ਮਾੜੀ ਮੋਟੀ ਦਿੱਤੀ, ਨਹੀਂ ਦਿੱਤੀ ਕਿਸੇ ਨੂੰ। ਮੇਰੇ ਆਪਦੇ ਮੂੰਗੀ ਸੀ ਇੱਥੇ 6-7 ਕਿੱਲੇ, ਮੈਂ ਕੋਟਕਪੂਰੇ ਜਾ ਕੇ ਵੇਚ ਕੇ ਆਇਆ 2000 ਰੁਪਏ ਘਾਟੇ ਨਾਲ, ਇੱਥੇ ਵਿਕੀ ਵੀ ਨੇ ਨੇੜੇ। ਜੇ ਘੱਟ ਰੇਟ ਤੇ ਵਿਕੂ ਤਾਂ ਘਾਟਾ ਅਸੀਂ ਪੂਰਾ ਕਰਾਂਗੇ, ਕਰਿਆ ਤੁਹਾਡਾ ਘਾਟਾ? ਨਾ ਜੀ ਨਾ, ਕੋਈ ਘਾਟਾ ਨਹੀਂ ਕਰਿਆ। ਇਹਦਾ ਜੇ ਫਾਰਮ ਵੀ ਨਹੀਂ ਲੈਣ ਦਿੰਦੇ, ਮੈਂ ਧੱਕੇ ਨਾਲ ਜੇ ਫਾਰਮ ਲੈ ਕੇ ਆਇਆ, ਜੇ ਫਾਰਮ ਨਹੀਂ ਲੈਣ ਦਿੰਦੇ ਕਮੇਟੀ ਵਾਲੇ, ਕਹਿੰਦੇ ਨਹੀਂ ਦਿੰਦੇ। ਮੈਂ ਕਿਉਂ ਨਹੀਂ ਦਿੰਦੇ, ਮੈਂ ਲੈ ਕੇ ਆਇਆ। ਇਸ ਗੱਲ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕੁਛ। ਜੇ ਫਾਰਮ ਲੈਣਾ ਕਿਸਾਨ ਦਾ ਹੱਕ ਹੈਗਾ, ਫਿਰ ਕਿਉਂ ਨਹੀਂ ਲੈਣ ਦਿੰਦੇ? ਬਸ ਉਹੀ ਵੀ ਇਹਨਾਂ ਨੂੰ ਜੇ ਰੌਲਾ ਪਾਉਣਗੇ ਵੀ ਸਾਨੂੰ ਦਿਓ, ਇੱਥੇ ਸਬਸਿਡੀ ਦਿਓ, ਜੇ ਤੁਸੀਂ ਕਿੰਨੀ ਕਿਹਾ ਸੀਗਾ ਵੀ ਉਸ ਕਿਸਾਨਾਂ ਨੂੰ ਉੱਥੋਂ ਵੀ ਤੋਰੀ ਜਾਂਦੇ ਆ, ਤੇ ਕਿਸਾਨ ਥੋੜੇ ਜਿਹੇ ਭੋਲੇ ਆ, ਇੱਕ ਤਾਂ ਕਹਿੰਦੇ ਸਾਨੂੰ ਬੈਂਕ 'ਚ ਪੈਸੇ ਜਾਣਗੇ ਤੁਹਾਡੇ, ਉਹ ਕਹਿਣਗੇ ਕਰ ਦਿੰਦੇ ਆ, ਜੇ ਬੈਂਕ 'ਚ ਪੈਸੇ ਜਾਣਗੇ ਫਿਰ ਕੀ ਹੋਜੂਗਾ, ਆਪਣੇ ਦੂਸਰੇ ਦਿਨ ਆ ਜਾਣਗੇ, ਉਲਝਾ ਲੈਂਦੇ ਆ। ਅਗਲਾ ਕਹਿੰਦਾ ਮੈਨੂੰ ਸਿੱਧੇ ਪੈਸੇ ਦਿਓ ਜੀ, ਚੱਲ ਰਹਿਣ ਦਿਓ ਤੁਸੀਂ, ਇਸ ਕਰਕੇ ਐਂ ਕਰ ਕਿਸਾਨ ਉਲਝਾ ਕੇ ਤੋਰ ਦਿੰਦੇ ਆ। ਜਿਹੜਾ ਫਿਰ ਅੱਜ ਦੀ ਗੱਲ 'ਤੇ ਆ ਜਾਈਏ, ਅੱਜ ਇਹ ਜਿਹੜਾ ਧਰਨਾ ਹੈ, ਚਾਹੇ ਤੋਂ 1 ਵਜੇ ਤੱਕ? ਅੱਜ ਦਾ ਧਰਨਾ ਜੀ 12:30 ਤੋਂ 2:30 ਵਜੇ ਤੀਕ, ਇਹ ਦੋਨਾਂ ਵਿਸ਼ਿਆਂ 'ਤੇ, ਇੱਕ ਤਾਂ ਖੀਰੀ 'ਤੇ, ਇੱਕ ਝੋਨੇ 'ਤੇ। ਝੋਨੇ ਵਾਸਤੇ ਵੀ ਸਾਡੇ ਆੜ੍ਹਤੀਆ ਭਾਈਚਾਰਾ, ਲੇਬਰ ਭਾਈਚਾਰਾ ਅਤੇ ਛੇਲਣ ਵਾਲਾ ਭਾਈਚਾਰਾ, ਉਹ ਸਾਡੇ ਆਪਦੇ ਆ, ਆਪਦੇ ਸਾਡੇ ਭਰਾ ਹੈ, ਉਹਨਾਂ ਦੇ ਜੋ ਵੀ ਮਸਲੇ ਆ, ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਦਾ ਹੱਲ ਕਰਕੇ ਜਲਦੀ ਸਾਡਾ ਝੋਨਾ ਖਰੀਦਣ ਲੱਗਣ, ਤਾਂ ਹੀ ਇਸ ਸਰਕਾਰ ਦਾ ਕੋਈ ਫਾਇਦਾ ਹੋ ਸਕਦਾ, ਨਹੀਂ ਤਾਂ ਅਸੀਂ ਧਰਨੇ ਗਾਹ ਨੂੰ ਲੱਗਣੇ ਲੱਗਣੇ ਆ। ਕੋਈ ਸਨ ਕਿਸਾਨ ਆਗੂ ਜਿਨ੍ਹਾਂ ਨੇ ਦੱਸਿਆ ਕਿ ਅੱਜ ਜਿਹੜਾ 12:30 ਤੋਂ 2:30 ਵਜੇ ਤੱਕ ਜਿਹੜੀਆਂ ਰੇਲਾਂ ਰੋਕੀਆਂ ਗਈਆਂ, ਕਿਉਂਕਿ ਲਖਮੀਰਪੁਰ ਖੀਰੀ ਵਿਖੇ 3 ਅਕਤੂਬਰ ਨੂੰ ਜਿਹੜਾ ਅਜੇ ਟੈਨੀ ਮਿਸ਼ਰਾ ਸੀਗਾ, ਉਹਨਾਂ ਵੱਲੋਂ ਜਿਹੜੇ ਗੱਡੀ ਚੜਾ ਕੇ 4 ਕਿਸਾਨ ਅਤੇ 1 ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਉਸਦੇ ਰੋਸ ਵਿੱਚ ਜਿਹੜਾ ਇਹ ਅੱਜ ਦਾ ਜਾਮ ਲਾਇਆ ਗਿਆ, ਅਤੇ ਉੱਧਰ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ਼ ਵੀ ਰੋਜ਼ਗਾਰ ਕੀਤਾ ਕਿ ਜਿਹੜੇ ਸ਼ੈਲਰ ਮਾਲਕ ਹੈਗੇ ਉਹਨਾਂ ਦੀਆਂ ਸਮੱਸਿਆ ਸੁਣੀਆਂ ਜਾਣ, ਆੜ੍ਹਤੀਆਂ ਦੀਆਂ ਸਮੱਸਿਆ ਸੁਣੀਆਂ ਜਾਣ, ਅਤੇ ਜਿਹੜੀ ਲੇਬਰ ਹੈਗੀ ਪੱਲੇਦਾਰ ਭਾਈਚਾਰਾ ਹੈਗਾ ਉਹਨਾਂ ਦੀ ਵੀ ਸਮੱਸਿਆ ਸੁਣੀ ਜਾਵੇ, ਤਾਂ ਜੋ ਕਿਸਾਨ ਨੂੰ ਝੋਨੇ ਦੀ ਫਸਲ ਵੇਚਣ ਸਮੇਂ ਕੋਈ ਵੀ ਸਮੱਸਿਆ ਖੜੀ ਨਾ ਹੋਵੇ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।